जाने वो कौन सा देश जहां तुम चले गए। द्रोणाचार्य अवार्ड से सम्मानित रेसलर व कोच सुखचैन सिंह चीमा का एक सड़क दुर्घटना में निधन हो गया, जिससे खेल जगत में मातम का माहौल है। बताया जाता है कि सुखचैन सिंह चीमा गाड़ी से पटियाला अपने घर आ रहे थे। इसी दौरान एक चौराहे पर एक तेज रफ्तार वाहन ने उनकी गाड़ी को टक्कर मार दी, जिसके चलते सुखचैन सिंह मौके पर ही दुनिया को अलविदा कह गए। सुखचैन सिंह चीमा के बेवक्ती देहांत पर गहरे दुख का प्रगटावा करते पूर्व केंद्रीय विदेश राज्य मंत्री श्रीमती परनीत कौर ने उनके अकाल प्रस्थान को देश व खेल जगत समेत चीमा परिवार को ना पूरा किए जाने वाला घाटा करार दिया है। श्रीमती परनीत कौर के सहित सेहत मंत्री श्री ब्रह्मा महिंद्रा, जंगलात मंत्री सरदार साधु सिंह धर्मसोत और सरदार नवजोत सिंह सिद्धू ने भी श्री चीमा के अकाल प्रस्थान पर गहरे दुख का प्रगटावा करते दुखी परिवार के साथ हमदर्दी का इजहार किया है। ਰਜਿੰਦਰ ਜੀ ਕੀ ਹੋਇਆ ਸੀ ਰਾਤੀ, ਕੀ ਦੇਖਿਆ ਤੁਸੀਂ, ਕੀ ਹੋਇਆ ਜੀ? ਇੱਧਰੋਂ ਨਾ ਇੱਕ ਗੱਡੀ ਬਹੁਤ ਸਪੀਡ ਨਾਲ ਆਈ ਸੀ, ਇੱਕ ਗੱਡੀ ਲਾਬੀ ਕਲਰ ਦੀ ਸੀ ਗੱਡੀ, ਅਤੇ ਉਹ ਉਹਨੂੰ ਬਚਾਉਂਦੇ ਬਚਾਉਂਦੇ ਸਿੱਧੀ ਉੱਥੇ ਚਲੀ ਗਈ ਵਿੱਚ ਨਾਲ ਦੇ, ਅਤੇ ਮੈਂ ਮੋਟਰਸਾਈਕਲ ਖੜਾ ਕੇ ਨਾਲ ਬੰਦਾ ਵਿੱਚ ਪਿਆ ਸੀ ਗੱਡੀ ਦੇ, ਥੋੜ੍ਹਾ ਬਾਹਰ ਤੁਰ ਪਿਆ ਸੀ ਬੰਦਾ ਵਿੱਚੋਂ ਗੱਡੀ ਦੇ, ਇਹਦੇ ਸਿਰਚੇ ਸੱਟ ਲੱਗੀ ਹੋਈ ਸੀ, ਅਤੇ ਫਿਰ ਮੈਂ ਵਿੱਚ ਵੜ ਕੇ ਅਸੀਂ ਕੱਢਿਆ, ਤਿੰਨ ਬੰਦੇ ਸੀ ਅਸੀਂ ਅਤੇ ਇੱਕ ਲੇਡੀ ਸੀ ਨਾਲ, ਉਹ ਗੱਡੀ ਵਿੱਚੋਂ ਅਸੀਂ ਅਤੇ ਤਿੰਨ ਜਣਿਆਂ ਨੇ ਅਸੀਂ ਫਿਰ ਉੱਥੋਂ ਚੜਾਇਆ ਉੱਪਰ, ਬਹੁਤ ਔਖਾ ਸੀ ਪਤਾ। ਅਤੇ ਗੱਡੀ 'ਚ ਕਿੰਨੇ ਸਵਾਰ ਬੰਦੇ ਸੀ? ਦੋ ਬੰਦੇ, ਇੱਕ ਲੇਡੀ ਸੀ ਅਤੇ ਇੱਕ ਇਹ ਸੀ। ਕਿਹਨਾਂ ਦੀ ਹਾਲਤ, ਦੋਨਾਂ ਦੀ ਹਾਲਤ ਕਿਵੇਂ ਦੀ ਸੀ? ਅਤੇ ਉਹਨਾਂ ਦੇ ਸਿਰ 'ਚ ਕਾਫੀ ਸੱਟ ਲੱਗੀ ਹੋਈ ਸੀ, ਅਤੇ ਅਸੀਂ ਦੇਖਿਆ ਸੀ ਨਬਜ਼ ਦੇਖੀ ਸੀ, ਡਾਊਨ ਹੀ ਸੀ ਉਹਦੀ, ਐਂਬੂਲੈਂਸ ਆ ਗਈ ਸੀ, ਅਤੇ ਜਿਹੜੇ ਲੇਡੀ ਸੀ ਉਹ ਠੀਕ ਸੀ ਬਿਲਕੁਲ। ਇਹ ਮੈਨ ਰੋਡ ਪੈਂਦਾ ਜੀ, ਚੌਂਕ ਬਾਈਪਾਸ ਚੌਂਕ ਆ ਜੀ। ਕੀ ਹੋਇਆ ਜੀ ਉਰੇ ਸੰਗਰੂਰ ਰੋਡ ਨੂੰ? ਕੀ ਹੋਇਆ ਜੀ ਰਾਤੀ? ਇੱਥੇ ਜੀ ਐਕਸੀਡੈਂਟ ਹੋਇਆ ਦੋ ਕਾਰਾਂ ਦਾ, ਆਪੋ ਸਾਹਮਣੇ ਹੋਇਆ, ਅਤੇ ਸਾਨੂੰ ਬਹੁਤ ਜ਼ਿਆਦਾ ਔਖਾਈ ਹੋ ਰਹੀ ਹੈ ਜੀ ਇਸ ਬਾਈਪਾਸ ਦੀ ਸੜਕ ਦੇ ਉੱਤੇ ਜੀ। ਕਿਉਂ? ਕਿਉਂਕਿ ਇੱਥੇ ਨਾ ਹਰ ਰੋਜ਼ ਇੱਕ ਐਕਸੀਡੈਂਟ ਹੋ ਰਿਹਾ, ਇੱਕ ਸਾਲ ਹੋ ਗਿਆ ਸਾਨੂੰ ਇੱਥੇ ਸੰਤਾਪਿਆਂ ਨੂੰ ਜੀ, ਬਹੁਤ ਅਣਹੋਈਆਂ ਮੌਤਾਂ ਹੋ ਰਹੀਆਂ ਨੇ ਜੀ ਇੱਥੇ, ਅਤੇ ਇਹੋ ਜਿਹਾ ਸਲਿਊਸ਼ਨ ਕਰਨਾ ਚਾਹੀਦਾ, ਜਾਂ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ, ਜਾਂ ਕੋਈ ਇੱਥੇ ਸਾਨੂੰ ਕੋਈ ਇਹੋ ਜਿਹਾ ਪੱਕਾ ਸਲਿਊਸ਼ਨ ਆਉਣਾ ਚਾਹੀਦਾ ਜੀ, ਵੀ ਇੱਥੇ ਪੂਰਾ ਹੋ ਸਕੇ, ਵੀ ਇੱਥੇ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ, ਘੱਟੋ ਘੱਟ ਵੀ 20-25 ਐਕਸੀਡੈਂਟ ਹੋ ਚੁੱਕੇ ਨੇ ਜੀ ਇੱਥੇ ਇੱਕ ਮਿੰਟ। ਹਾਂਜੀ ਹਾਂਜੀ, ਇੱਕ ਪਰਸੋਂ ਐਕਸੀਡੈਂਟ ਹੋਇਆ ਜੀ ਕਾਰ ਵਾਲੇ ਦਾ, ਅਤੇ ਉਹਦਾ ਵੀ ਕਾਫੀ ਉਹ ਨੁਕਸਾਨ ਹੋਇਆ, ਬੜੀ ਪਲਟ ਜਾਣੀ ਸੀ ਗੱਡੀ, ਅਤੇ ਅੱਜ ਜਿਹੜਾ ਹੋਇਆ ਇਹ ਵੀ ਮੇਜਰ ਬਹੁਤ, ਇਹ ਤਾਂ ਦੇਖਿਆ ਨਹੀਂ ਗਿਆ ਸਾਤੋਂ ਜੀ।